ਤੇ ਜਿਹੜੇ ਸਾਡੇ ਹੈਲਮਟ ਦਾ ਮਸਲਾ ਸਾਡੇ ਹੈਲਮਟ ਸਿੱਖਾਂ ਦੇ ਵਿੱਚ ਕੋਈ ਕਸਟਮ ਨਹੀਂ ਗੀ ਇਹ ਸਾਡੀ ਰਹਿਤ ਮਰਿਆਦਾ ਦਾ ਇੱਕ ਹਿੱਸਾ ਆ ਦਸਤਾਰ ਜਿਹੜੀ ਆ ਸਿੱਖ ਦੀ ਨਿਸ਼ਾਨੀ ਵੀ ਆ ਤੇ ਸਿੱਖ ਦਾ ਕਕਾਰ ਵੀ ਆ ਓ ਪਵਿੱਤਰ ਗੁਰਬਾਣੀ ਵਿੱਚ ਸਾਪਤ ਸੂਰ ਦਸਤਾਰ ਸੇਰਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਦਸਤਾਰ ਦੀ ਉਹ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਸੋ ਇਹਦੇ ਵਿੱਚ ਇਹ ਮੈਂ ਸਮਝਦਾ ਸਿੱਧੀ ਦਖਲਅੰਦਾਜ਼ੀ ਹੋਊਗੀ ਜੇ ਸਰਕਾਰ ਨਹੀਂ ਪਿਛੇ ਮੁੜਦੀ ਤੇ ਮੈਂ ਪ੍ਰਾਤਨ ਵੇਲੇ ਜਿਹੜੇ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਹੋਈ ਉਸ ਵੇਲੇ ਸਰਕਾਰਾਂ ਨੇ ਲਿਖਿਆ ਵੀ ਤੁਸੀਂ ਦਸਤਾਰ ਨਹੀਂ ਹੈਲਮਟ ਪਾਓ ਜੇ ਤੁਹਾਡੀ ਕੈਜੂਐਲਟੀ ਹੋ ਗਈ ਤੇ ਫਿਰ ਕੌਣ ਜ਼ਿੰਮੇਵਾਰ ਹੋਣੀ ਕਿਹਾ ਜੀ ਅਸੀਂ ਦਸਤਾਰ ਨਹੀਂ ਲਾਉਣੀ ਸਾਡੀ ਕੈਜੂਐਲਟੀ ਹੋ ਜਾ ਸਾਨੂੰ ਕੋਈ ਮੁਆਵਜ਼ਾ ਨਾ ਦੇਓ ਇਤੋਂ ਵੱਡੀਆਂ ਕਿਹੜੀਆਂ ਮਸਾਲਾਂ ਹੋ ਸਕਦੀਆਂ ਜੇ ਬ੍ਰਿਟਿਸ਼ ਮੈਂ ਸਰਕਾਰ ਦੇ ਵੇਲੇ ਦੀ ਗੱਲ ਕਰ ਲਵਾਂ ਉਹਨਾਂ ਦਾ ਰਾਦਰ ਸਿੱਖਾਂ ਨੂੰ ਸ਼ੇਖਰ ਸਾਲੇ ਬਣਾ ਕੇ ਪੰਜ ਕਕਾਰਾਂ ਦੇ ਧਾਰਨੇ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਂਦੇ ਸੀ ਤੇ ਹੁਣ ਆਪਾਂ ਇਹਨੂੰ ਤੋੜਨ ਤੇ ਆ ਗਏ ਆ ਸਰਕਾਰ ਜਿਹੜੀ ਆ ਇਹ ਜ਼ਿਲ੍ਹੇ ਇਦਾਂ ਦੀਆਂ ਗੱਲਾਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ ਫਿਰ ਸੁਣਨ ਨੂੰ ਆਈ ਵੀ ਨਹੀਂ ਕਰਦੇ ਤੇ ਮੈਂ ਸਮਝਾਂ ਫੇ ਬਹੁਤੋ ਬਦੀ ਮਨ ਦੇ ਵਿੱਚ ਰੋਸ ਆਉਂਦਾ ਆ ਤੇ ਫਿਰ ਰੋਸ ਦਾ ਵੀ ਕੋਈ ਸਮਾਂ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਮੱਤ ਬਾਕੀ ਸੁਰੱਖਿਆ ਦਾ ਹਵਾਲਾ ਦੇ ਰਹੀ ਹੈ ਜੀ ਸੁਰੱਖਿਆ ਜਿਹੜੀ ਆ ਆ ਹੁਣ ਮੇਰੇ ਸਿਰ ਤੇ ਦਸਤਾਰ ਆ ਸੁਰੱਖਿਆ ਹੀ ਆ ਮੇਰੀ 5 ਮੀਟਰ 6 ਮੀਟਰ ਦੀ ਥੱਲੇ ਮੇਰੇ ਕੇਸ ਕੀ ਵੱਜੀ ਹੁਆ ਹੈਲਮਟ ਨਹੀਂ ਕੋਈ ਵੀ ਥੱਲੇ ਸਿਰ ਨੂੰ ਹੈਲਮਟ ਬਚਾ ਲੂਗਾ ਬਾਕੀ ਸਰੀਰ ਆ ਪਰ ਗੱਲ ਸਾਡੀ ਆਇਡੈਂਟੀਫਿਕੇਸ਼ਨ ਦੀ ਆ ਦਸਤਾਰ ਕਿਸੇ ਵੀ ਹੱਦ ਦੇ ਵਿੱਚ ਅੱਜ ਤਾਂ ਵਿਦੇਸ਼ਾਂ ਦੇ ਵਿੱਚ ਵੀ ਪੁਲਿਸ ਦੇ ਵਿੱਚ ਉਹਨਾਂ ਨੂੰ ਛੋੜ ਮਿਲ ਗਈ ਆ ਤੇ ਆਜ਼ਾਦ ਭਾਰ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਜਿੱਥੇ ਸਾਡਾ ਬਧੇੜਾ ਯੋਗਦਾਨ ਆ ਤੇ ਅੱਜ ਆ ਪਿੱਛੇ ਚਾਈਨੀ ਬਾਰਡਰ ਦੇ ਉੱਤੇ ਜੋ ਕੁਝ ਹੋਇਆ ਦੇਖਿਆ ਸਾਰਿਆਂ ਨੇ ਕਿੱਦਾਂ ਸਿੱਖ ਅਲੀ ਅਲੀ ਕਰਕੇ ਪੈ ਗਿਆ ਤਾਂ ਡੰਡਿਆਂ ਨਾਲ ਹੀ ਭਜਾ ਦਿੱਤੇ ਇੱਕ ਸਿੱਖ ਦੀ ਆਈਡੈਂਟੀਫਿਕੇਸ਼ਨ ਆ ਜੇ ਬੰਗਲਾਦੇਸ਼ ਦੀ ਲੜਾਈ ਹੁੰਦੀ ਸੀ ਜਿਹਲੇ ਬੋਲੇ ਸੋ ਨਿਹਾਲ ਲਾਉਂਦੇ ਸੀ ਉਹ ਕਹਿੰਦੇ ਜੀ ਇਹ ਤਾਂ ਨਕਲੀ ਆ ਤੇ ਜਿਹੜੇ ਸਿੱਖਾਂ ਨੇ ਲਾਏ ਤੇ ਫਿਰ ਦੌੜੇ ਭਜਣਾ ਪੈ ਗਈਆਂ ਇਹ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਇੱਕ ਵੱਖਰੀ ਜਿਹੜੀ ਅੱਡੜੀ ਤੇ ਨਿਆਰੀ ਜਿਹੜੀ ਸ਼ਾਨ ਬਖਸ਼ਿਸ਼ ਕੀਤੀ ਆ ਇਹ ਤੇ ਕੋਈ ਸਮਝਾਉਂ ਤੇ ਜਿਹੜੇ ਸਾਡੇ ਹੈਲਮਟ ਦਾ ਮਸਲਾ ਸਾਡੇ ਹੈਲਮਟ ਸਿੱਖਾਂ ਦੇ ਵਿੱਚ ਕੋਈ ਕਸਟਮ ਨਹੀਂ ਗਈ ਇਹ ਸਾਡੀ ਰਹਿਤ ਮਰਿਆਦਾ ਦਾ ਇੱਕ ਹਿੱਸਾ ਆ ਦਸਤਾਰ ਜਿਹੜੀ ਆ ਸਿੱਖ ਦੀ ਨਿਸ਼ਾਨੀ ਵੀ ਆ ਤੇ ਸਿੱਖ ਦਾ ਕਕਾਰ ਵੀ ਆ ਉਹ ਪਵਿੱਤਰ ਗੁਰਬਾਣੀ ਵਿੱਚ ਸਾਪਤ ਸੂਰ ਦਸਤਾਰ ਸਿਹਰਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਵੀ ਦਸਤਾਰ ਦੀ ਉਹ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਸੋ ਇਹਦੇ ਵਿੱਚ ਇਹ ਮੈਂ ਸਮਝਦਾ ਸਿੱਧੀ ਦਖਲਅੰਦਾਜ਼ੀ ਹੋਊਗੀ ਜੇ ਸਰਕਾਰ ਨਹੀਂ ਪਿਛੇ ਮੁੜਦੀ ਤੇ ਮੈਂ ਪ੍ਰਾਤਨ ਵੇਲੇ ਜਿਹੜੇ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਹੋਈ ਉਸ ਵੇਲੇ ਸਰਕਾਰਾਂ ਨੇ ਲਿਖਿਆ ਵੀ ਤੁਸੀਂ ਦਸਤਾਰ ਨਹੀਂ ਹੈਲਮਟ ਪਾਓ ਜੇ ਤੁਹਾਡੀ ਕੈਜੂਐਲਟੀ ਹੋ ਗਈ ਤੇ ਫਿਰ ਕੌਣ ਜ਼ਿੰਮੇਵਾਰ ਹੋਣੀ ਕਿਹਾ ਜੀ ਅਸੀਂ ਦਸਤਾਰ ਨਹੀਂ ਲਾਉਣੀ ਸਾਡੀ ਕੈਜੂਐਲਟੀ ਹੋ ਜਾ ਸਾਨੂੰ ਕੋਈ ਮੁਆਵਜ਼ਾ ਨਾ ਦੇਓ ਇਤੋਂ ਵੱਡੀਆਂ ਕਿਹੜੀਆਂ ਮਸਾਲਾਂ ਹੋ ਸਕਦੀਆਂ ਜੇ ਬ੍ਰਿਟਿਸ਼ਾਂ ਸਰਕਾਰ ਦੇ ਵੇਲੇ ਦੀ ਗੱਲ ਕਰ ਲਵਾਂ ਉਹਨੇ ਤਾਂ ਰਾਦਰ ਸਿੱਖਾਂ ਨੂੰ ਸਿੱਖ ਰਸਾਲੇ ਬਣਾ ਕੇ ਪੰਜ ਕਕਾਰਾਂ ਦੇ ਧਾਰ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਂਦੇ ਸੀ ਤੇ ਹੁਣ ਆਪਾਂ ਇਹਨੂੰ ਤੋੜਨ ਤੇ ਆ ਗਏ ਆ ਸਰਕਾਰ ਜਿਹੜੀ ਆ ਏ ਜਿਹਲੇ ਇਦਾਂ ਦੀਆਂ ਗੱਲਾਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਐ ਫਿਰ ਸੁਣਨ ਨੂੰ ਆਈ ਵੀ ਨਹੀਂ ਕਰਦੇ ਤੇ ਮੈਂ ਸਮਝਦਾ ਫੇ ਮਦੋ ਬਦਦੀ ਮਨ ਦੇ ਵਿੱਚ ਰੋਸ ਆਉਂਦਾ ਆ ਤੇ ਫਿਰ ਰੋਸ ਦਾ ਵੀ ਕੋਈ ਸਮਾਂ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਮੱਤ ਬਾਕੀ ਸੁਰੱਖਿਆ ਦਾ ਹਵਾਲਾ ਦੇ ਰਹੀ ਐ ਜੀ ਸੁਰੱਖਿਆ ਜਿਹੜੀ ਆ ਆ ਹੁਣ ਮੇਰੇ ਸਿਰ ਤੇ ਦਸਤਾਰ ਆ ਸੁਰੱਖਿਆ ਹੀ ਆ ਮੇਰੀ 5 ਮੀਟਰ 6 ਮੀਟਰ ਦੀ ਥੱਲੇ ਮੇਰੇ ਕੇਸ ਦੀ ਵੱਜੀ ਹੋਆ ਹੈਲਮਟ ਨਹੀਂ ਕੋਈ ਵੀ ਝਲੇ ਸਿਰ ਨੂੰ ਹੈਲਮਟ ਬਚਾ ਲਊਗਾ ਬਾਕੀ ਸਰੀਰ ਆ ਪਰ ਗੱਲ ਸਾਡੀ ਆਇਡੈਂਟੀਫਿਕੇਸ਼ਨ ਦੀ ਆ ਦਸਤਾਰ ਕਿਸੇ ਵੀ ਹੱਦ ਦੇ ਵਿੱਚ ਅੱਜ ਤਾਂ ਵਿਦੇਸ਼ਾਂ ਦੇ ਵਿੱਚ ਵੀ ਪੁਲਿਸ ਦੇ ਵਿੱਚ ਉਹਨਾਂ ਨੂੰ ਛੋੜ ਮਿਲ ਗਈ ਆ ਤੇ ਆ ਆਜ਼ਾਦ ਭਾਰ ਦੇ ਵਿੱਚ ਜਿੱਥੇ ਅਸੀਂ ਰਹਿੰਨੇ ਜਿੱਥੇ ਸਾਡਾ ਬਧੇਰਾ ਜੋਗਦਾਨ ਨੇ ਆ ਤੇ ਅੱਜ ਆ ਪਿੱਛੇ ਚਾਈਨੀ ਬਾਰਡਰ ਦੇ ਉੱਤੇ ਜੋ ਕੁਝ ਹੋਇਆ ਦੇਖਿਆ ਸਾਰਿਆਂ ਨੇ ਕਿਦਾਂ ਸਿੱਖ ਅਲੀ-ਅਲੀ ਕਰਕੇ ਪਾ ਗਏ ਤਾਂ ਡੰਡਿਆਂ ਨਾਲ ਹੀ ਭਜਾ ਦਿੱਤੇ ਇੱਕ ਸਿੱਖ ਦੀ ਆਇਡੈਂਟੀਫਿਕੇਸ਼ਨ ਆ ਜੇ ਬੰਗਲਾਦੇਸ਼ ਦੀ ਲੜਾਈ ਹੁੰਦੀ ਸੀ ਜਿਹਲੇ ਬੋਲੇ ਸੋ ਨਿਹਾਲ ਲਾਉਂਦੇ ਸੀ ਉਹ ਕਹਿੰਦੇ ਜੀ ਇਹ ਤਾਂ ਨਕਲੀ ਆ ਤੇ ਜਿਹਲੇ ਸਿੱਖਾਂ ਨੇ ਲਾਏ ਤੇ ਫਿਰ ਦੌੜੇ ਭਾਈ ਭਾਜਣਾ ਪੈ ਗਈਆਂ ਇਹ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਇੱਕ ਵੱਖਰੀ ਜਿਹੜੀ ਅੱਡੜੀ ਤੇ ਨਿਆਰੀ ਜਿਹੜੀ ਸ਼ਾਨ ਬਖਸ਼ਿਸ਼ ਕੀਤੀ ਆ ਇਹ ਤੇ ਕੋਈ ਸਮਝ